ਦੁਸ਼ਹਿਰਾ ਉਤਸਵ ਦੇ ਸੰਬੰਧ ਚ ਲੁਧਿਆਣਾ ਦੇ ਡੁਗਰੀ ਇਨਕਲੇਵ ਦੀਆਂ ਵੱਖ ਵੱਖ ਦੁਸ਼ਹਿਰਾ ਕਮੇਟੀਆਂ ਵੱਲੋਂ ਮੇਲੇ ਦਾ ਆਗਾਜ਼ ਕੀਤਾ ਗਿਆ, ਜਿਸ ਦਾ ਉਦਘਾਟਨ ਲੋਕ ਇਨਸਾਫ਼ ਪਾਰਟੀ ਨੇਤਾ ਸਰਬਜੀਤ ਸਿੰਘ ਕੋਛੜ ਵੱਲੋਂ ਕੀਤਾ ਗਿਆ ਤੇ ਮੇਲੇ ਦੇ ਠੇਕੇਦਾਰਾਂ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ। ਠੀਕ ਹੈ, ਦੁਸਹਿਰੇ ਦਾ ਨੇਕੀ ਅਤੇ ਬਦੀ ਦਾ ਤਿਉਹਾਰ ਹੈ। ਇਹਦੇ ਵਿੱਚ ਬਦੀ ਦੀ ਜਿਹੜੀ ਹੈ, ਜਿਹੜੀ ਉਹਦੀ ਹਾਰ ਹੋਈ ਸੀਗੀ, ਨੇਕੀ ਦੀ ਜਿੱਤ ਹੋਈ ਸੀਗੀ। ਅਸੀਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇਸ ਦਿਨ ਪ੍ਰਣ ਕਰੀਏ ਵੀ ਆਪਾਂ ਨਸ਼ਾਖੋਰੀ, ਆਪਾਂ ਹੋਰ ਇੱਦਾਂ ਦੇ ਭੈੜੇ ਕੰਮ ਛੱਡ ਕੇ ਆਪਾਂ ਜਿਹੜਾ ਵਾ, ਜਿੱਦਾਂ ਅੱਗੇ ਨੇਕੀ ਜਿੱਤ ਹੋਈ ਸੀ, ਆਪਾਂ ਸੱਚ ਦੇ ਰਾਹ 'ਤੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾਈਏ। ਇਸ ਵਾਰ 2-3 ਝੂਲੇ ਨਵੇਂ ਆ, ਜਿਹੜੇ ਬੱਚਿਆਂ ਨੂੰ ਮਨੋਰੰਜਨ ਵਾਸਤੇ ਵਧੀਆ ਆਈਟਮਾਂ ਨੇ। ਔਰ ਇਹ ਸਾਡਾ ਦੁਸਹਿਰਾ ਮੇਲਾ ਸਭ ਦਾ ਸਾਂਝਾ ਮੇਲਾ ਵਾ, ਸਾਡੇ ਪੂਰਵਜਾਂ ਤੋਂ ਚੱਲਦਾ ਆ ਰਿਹਾ। ਇਹਦੇ 'ਚ ਸੱਚਾਈ ਦੀ ਔਰ ਝੂਠ ਦੀ ਹਾਰ ਹੋਈ ਆ, ਸੱਚਾਈ ਦੀ ਜਿੱਤ ਹੋਈ ਆ। ਭਗਵਾਨ ਸ਼੍ਰੀ ਰਾਮ ਜੀ ਨੇ ਬਨਵਾਸ ਕੱਟ ਕੇ ਰਾਵਣ ਦਾ ਵੱਧ ਕੀਤਾ, ਇਹਦੇ ਨਾਲ ਸਾਨੂੰ ਬਹੁਤ ਗਿਆਨ ਮਿਲਦਾ। ਲੁਧਿਆਣਾ ਤੋਂ ਬੋਵੀ ਕਾਠੀਆ ਦੇ ਨਾਲ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।